ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ ਦੇ ਤਹਿਤ ਜਿਹੜੇ ਸਾਡੇ SSP ਸਾਹਿਬ ਸ਼੍ਰੀਮਤੀ ਰਵਜੋਤ ਕੌਰ ਗਰੇਵਾਲ ਜੀ IPS ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੰਸਪੈਕਟਰ ਅਮਰਵੀਰ ਸਿੰਘ ਜਿਹੜੇ ਇੰਚਾਰਜ ਸਾਡੇ CIA ਹੈ ਇਹਨਾਂ ਨੇ ਦੋ ਕਮਰਸ਼ੀਅਲ ਕੁਆਂਟਿਟੀ ਦੇ ਜਿਹੜੇ ਸੀਗੀ ਰਿਕਵਰੀ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਿਹੜੀ ਇੱਕ ਪਹਿਲੀ ਰਿਕਵਰੀ ਹੋਈ ਹੈ ਉਹ 30/8/2022 ਨੂੰ ਜਿਹੜੀ ਸੀਗੀ ਇੱਕ ਪੁਰਾਣਾ ਮੁਕੱਦਮਾ ਸੀਗਾ 13/8/22 ਦਾ ਥਾਣਾ ਗੋਬਿੰਦਗੜ੍ਹ ਦਾ ਮੁਕੱਦਮਾ ਨੰਬਰ ਸੀਗਾ 198 ਨੰਬਰ ਉਹਦੇ ਵਿੱਚ ਜਿਹੜਾ ਬੈਕਵਰਡ ਲਿੰਕੇਜਿਸ ਦੇ ਸੀਗੇ ਇੱਕ ਬੰਦੇ ਨੂੰ ਜਿਹੜਾ ਸੀਗਾ ਉੱਥੋਂ ਆਪਣਾ ਰੁੜਕੀ ਤੋਂ ਗ੍ਰਿਫਤਾਰ ਕੀਤਾ ਉਹ ਤੋਂ 350 ਇੰਜੈਕਸ਼ਨ ਬੂਪਰੋਨੋਰਫਿਨ ਅਤੇ 350 ਸ਼ੀਸ਼ੀਆਂ ਏਵਿਲ ਦੀਆਂ ਬਰਾਮਦ ਕੀਤੀਆਂ ਨੇ ਇਸੇ ਤਰ੍ਹਾਂ ਹੀ ਇੱਕ ਹੋਰ ਮੁਕੱਦਮਾ ਜਿਹੜਾ ਸੀ 136 ਨੰਬਰ ਮੁਕੱਦਮਾ ਜਿਹੜਾ ਕਿ 31/8/22 ਨੂੰ ਰਜਿਸਟਰ ਹੋਇਆ ਥਾਣੇ ਸਰਹੰਦ ਦੇ ਵਿੱਚ ਉਹਦੇ ਵਿੱਚ 14,000 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੀ ਜਿਹੜਾ ਜੀ ਥਾਣੇ ਗੋਬਿੰਦਗੜ੍ਹ ਦੇ 198 ਨੰਬਰ ਮੁਕੱਦਮੇ ਦੇ ਵਿੱਚ ਦੋਸ਼ੀ ਹੈ ਉਹਦਾ ਨਾਮ ਹੈਗਾ ਵਿਵੇਕ ਏਲੀਸ ਵਿੱਕੀ ਅਤੇ ਜਿਹੜਾ ਆਪਣਾ ਸਰਹੰਦ ਦਾ ਮੁਕੱਦਮਾ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਉਹਦਾ ਨਾਮ ਹੈਗਾ ਉਹਦਾ ਨਾਮ ਪ੍ਰਦੀਪ ਕੁਮਾਰ ਪੁੱਤਰ ਮੁੰਨਾ ਸਿੰਘ ਕਿਵੇਂ ਜੀ ਜਿਹੜਾ ਤਾਂ ਰੁੜਕੀ ਵਾਲੇ ਨੇ ਰੁੜਕੀ ਤੋਂ ਹੀ ਗ੍ਰਿਫਤਾਰ ਕੀਤਾ ਜਿਹੜਾ ਜੀ ਇਹ ਪ੍ਰਦੀਪ ਕੁਮਾਰ ਹੈ ਜਿਹੜਾ ਇਹਨੂੰ ਅਸੀਂ ਇੱਥੋਂ ਨਾਕਾਬੰਦੀ ਤੋਂ ਗ੍ਰਿਫਤਾਰ ਕੀਤਾ ਹੈ ਆਪਣਾ ਫਲੋਟਿੰਗ ਰੈਸਟੋਰੈਂਟ ਦੇ ਨਾਲ ਫਿਲਹਾਲ ਸਾਡੇ ਹਜੇ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਹਾਲੇ ਤੱਕ ਤਾਂ ਕੋਈ ਇਹੋ ਜਿਹਾ ਕੇਸ ਇਹਨਾਂ ਦੇ ਪੁਰਾਣਾ ਜਿਹੜਾ ਪ੍ਰੀਵੀਅਸ ਹੋਵੇ ਨਹੀਂ ਸਾਹਮਣੇ ਆਇਆ ਬਟ ਜੇ ਕੋਈ ਹੋਇਆ ਤਾਂ ਵਿਲ ਲੈਟ ਯੂ ਨੋ ਹਾਂਜੀ ਹਾਂਜੀ ਓਬਵੀਅਸਲੀ ਜਿਹੜਾ ਤਾਂ ਇਹ ਰੁੜਕੀ ਤੋਂ ਫੜ ਕੇ ਲਿਆਉਂਦਾ ਇਹ ਤਾਂ ਕਾਫੀ ਵੱਡਾ ਸਪਲਾਇਰ ਸੀਗਾ ਕਾਫੀ ਕੇਸਾਂ ਦੇ ਵਿੱਚ ਇਹਦਾ ਸਾਡੇ ਪਹਿਲਾਂ ਵੀ ਮੁਕੱਦਮਿਆਂ ਦੇ ਵਿੱਚ ਨਾਮ ਆਇਆ ਸੀਗਾ ਬਟ ਇਹਦੀ ਆਈਡੈਂਟੀ ਨਹੀਂ ਸਾਨੂੰ ਅਸਟੈਬਲਿਸ਼ ਹੋ ਸਕੀ ਜੀ ਕਿਉਂਕਿ ਮੋਬਾਈਲ ਨੰਬਰ ਜੋ ਵਰਤਦਾ ਸੀ ਕਿਸੇ ਫੇਕ ਐਡਰੈਸ 'ਤੇ ਵਰਤਦਾ ਸੀਗਾ ਅਤੇ ਕਾਫੀ ਕੁਆਂਟਿਟੀ ਪਹਿਲਾਂ ਵੀ ਇਹ ਸਪਲਾਈ ਕਰ ਰਿਹਾ ਇਹਦਾ ਮੇਨ ਸਪਲਾਇਰ ਸੀਗਾ ਜਿਹੜਾ ਦੂਸਰਾ ਜੀ ਇਹ ਜਿਹੜਾ ਪ੍ਰਦੀਪ ਕੁਮਾਰ ਹੈ ਇਹ ਮੋਗੇ ਰਹਿੰਦਾ ਕਿਰਾਏ 'ਤੇ ਵੈਸੇ UP ਦਾ ਰਹਿਣ ਵਾਲਾ ਪਿੱਛੋਂ ਇਹ ਤਾਂ ਇਹ ਕੰਮ ਹੀ ਇਹ ਕਰਦਾ ਜੀ ਗੋਲੀਆਂ ਵੇਚਣ ਦਾ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ